Hello and welcome to Special Report. ਕਹਿੰਦੇ ਨੇ ਕੈਨੇਡਾ ਮੂਵਸ ਔਨ ਟਰੱਕ ਤੇ ਓਨਟਾਰੀਓ ਦੇ ਕਰੀਬ 60% ਟਰੱਕ ਡਰਾਈਵਰ ਇੰਡੋ ਕੈਨੇਡੀਅਨਸ ਤੇ ਖਾਸ ਕਰਕੇ ਪੰਜਾਬੀ ਨੇ ਪਰ ਇਹਨਾਂ ਵਿੱਚੋਂ ਕੁਝ ਪੰਜਾਬੀ ਅਜਿਹੇ ਵੀ ਨੇ ਜੋ ਡਰੱਗ ਸਮਗਲਿੰਗ ਵਿੱਚ ਇਨਵੋਲਵ ਹੁੰਦੇ ਜਾ ਰਹੇ ਨੇ ਇਸ ਤੇ ਆਧਾਰਿਤ ਹੈ ਸਾਡੀ ਅੱਜ ਦੀ ਸਪੈਸ਼ਲ ਰਿਪੋਰਟ ਇੱਕ ਪਾਸੇ ਕੈਨੇਡਾ ਵਿੱਚ ਪੰਜਾਬੀਆਂ ਦੀ ਕਾਮਯਾਬੀ ਦੇ ਸੋਲੇ ਗਾਏ ਜਾਂਦੇ ਨੇ ਪਰ ਦੂਜੇ ਪਾਸੇ ਕੁਝ ਪੰਜਾਬੀ ਅਜਿਹੇ ਵੀ ਨੇ ਜੋ ਡਰੱਗ ਸਮਗਲਿੰਗ ਵਿੱਚ ਇਨਵੋਲਵ ਹੁੰਦੇ ਜਾ ਰਹੇ ਨੇ ਵਿੰਸਰ ਡੈਟਰੋਇਟ ਕ੍ਰੋਸਿੰਗ ਤੇ ਹਰ ਸਾਲ ਸਮਗਲਿੰਗ ਦੇ 15 ਤੋਂ 18 ਮਾਮਲੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਵਿੱਚੋਂ 70% ਸਿਰਫ ਇੰਡੋ ਕੈਨੇਡੀਅਨਸ ਤੇ ਖਾਸ ਕਰ ਪੰਜਾਬੀਆਂ ਦੇ ਨੇ ਇਸ ਖ਼ਬਰ ਦੇ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਪੂਰੇ ਭਾਈਚਾਰੇ ਵਿੱਚ ਨਮੋਸ਼ੀ ਪਾਈ ਜਾ ਰਹੀ ਹੈ ਪੇਸ਼ ਹੈ ਇੱਕ ਰਿਪੋਰਟ ਅੱਜਕੱਲ ਇੱਕ ਖ਼ਬਰ ਕੈਨੇਡਾ ਦੇ ਹਰ ਅਖ਼ਬਾਰ ਦੀ ਸੁਰਖੀਆਂ ਬਣੀ ਹੋਈ ਹੈ ਉਹ ਹੈ ਭਾਰਤੀ ਮੂਲ ਦੇ ਟਰੱਕ ਡਰਾਈਵਰ ਨਸ਼ਿਆਂ ਦੀ ਸਮਗਲਿੰਗ ਵਿੱਚ ਮੋਹਰੀ ਕੈਨੇਡਾ ਤੇ ਅਮਰੀਕਾ ਵਿੱਚ ਟਰੱਕ ਉਦਯੋਗ ਵਿੱਚ ਪੰਜਾਬੀਆਂ ਦੀ ਜਿਵੇਂ ਜਿਵੇਂ ਤਾਕ ਵਧੀ ਉਵੇਂ ਹੀ ਸਮਗਲਿੰਗ ਦੇ ਕੇਸ ਵੀ ਸਾਹਮਣੇ ਆਉਂਦੇ ਗਏ ਵਿੰਸਰ ਡੈਟਰੋਇਨ ਕ੍ਰਾਸ ਬਾਰਡਰ ਤੇ ਹਰ ਸਾਲ 15 ਤੋਂ 18 ਨਸ਼ਿਆਂ ਦੀਆਂ ਖੇਪਾਂ ਫੜੀਆਂ ਜਾਂਦੀਆਂ ਨੇ ਤੇ ਇਨ੍ਹਾਂ ਵਿੱਚੋਂ 70% ਪੰਜਾਬੀ ਮੂਲ ਦੇ ਡਰਾਈਵਰਾਂ ਦਾ ਹੱਥ ਹੁੰਦਾ ਹੈ ਵਿੰਸਰ ਡੈਟਰੋਇਨ ਬਾਰਡਰ ਤੇ ਜੋ ਸਮਗਲਿੰਗ ਹੁੰਦੀ ਹੈ ਉਸ ਦਾ ਜਾਲ ਵੈਂਕੂਵਰ ਤੇ ਟੋਰਾਂਟੋ ਤੱਕ ਫੈਲਿਆ ਹੋਇਆ ਹੈ Although it might seem that a lot of Indian South Asian truck drivers being caught with drug trafficking we have to be very careful in what we say in the sense that Yes, a fair number of them are sitting in prisons or have been caught with drugs, but they represent a very, very small percentage of the honest, hard-working South Asian truck drivers who make their living legally. Now, yes, there are bad apples, and unfortunately, there are a fair number of them sitting in U.S. jails or are facing prosecution right now, both in Canada and on the United States side. The unfortunate problem is that many of these guys, the truckers in particular, are being paid anywhere from $5,000 to $10,000 to deliver a load of marijuana or cocaine. Typically what we see is marijuana, Canadian marijuana, making it into the United States, and cocaine and other drugs, sometimes even weapons, making it back into Canada. In the last 10 years or so, where this problem has started to rear its head in a big way within the South Asian community. You know, it started with the garbage trucks entering Michigan with large quantities of Canadian marijuana, and it's progressed over time. Keep in mind that the US and Canadian border officials, DEA, ICE, CBSA, RCMP, they're all coordinating their efforts to stop this problem. They share a lot of info, so you might think that you're getting away with it. You might be on the radar being watched. Education is not the big factor here. Regardless of one's education, we know that carrying drugs is illegal. It's a wrong thing to do because it can mess up society. So it's illegal, and we don't have to have a PhD or a university education to know that. ਜੇ ਨਜ਼ਰ ਮਾਰੀਏ ਕੁਝ ਮਾਮਲਿਆਂ ਤੇ ਤਾਂ 31 ਸਾਲਾ ਰਵਿੰਦਰ ਅਰੋੜਾ ਦਾ ਕੇਸ ਜ਼ਰੂਰ ਹੈਰਾਨ ਕਰਦਾ ਹੈ ਉਸ ਦੇ ਕਬਜ਼ੇ ਵਿੱਚੋਂ 97 ਕੋਕੀਨ ਦੇ ਪੈਕੇਟ ਜਿਨ੍ਹਾਂ ਦਾ ਵਜ਼ਨ ਕਰੀਬ 100 ਕਿਲੋ ਸੀ ਉਹ ਮਿਲੇ ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 4.4 ਮਿਲੀਅਨ ਡਾਲਰ ਦੇ ਕਰੀਬ ਬਣਦੀ ਸੀ ਇਸ ਤੋਂ ਇਲਾਵਾ ਟਰੱਕ ਡਰਾਈਵਰ ਕੁਲਦੀਪ ਸਿੰਘ ਧਾਰਮੀ ਦਾ ਟ੍ਰਾਇਲ ਚੱਲ ਰਿਹਾ ਹੈ ਜਿਸ ਨੂੰ 11 ਅਗਸਤ 2009 ਨੂੰ ਬਾਰਡਰ ਉੱਤੇ ਫੜਿਆ ਗਿਆ ਸੀ ਜਿਸ ਤੇ 117 ਕਿਲੋ ਕੋਕੇਨ ਸਮਗਲ ਕਰਨ ਦਾ ਦੋਸ਼ ਹੈ ਪੰਜਾਬੀ ਮੂਲ ਦੇ ਇੱਕ ਹੋਰ ਡਰਾਈਵਰ ਗੁਰਮਿੰਦਰ ਰਿਆੜ ਵੀ ਸਜ਼ਾ ਭੁਗਤ ਰਹੇ ਨੇ ਜਿਨ੍ਹਾਂ ਨੂੰ ਨਿਰਦੋਸ਼ ਐਲਾਨਿਆ ਜਾ ਚੁੱਕਾ ਹੈ ਉਸ ਨੇ ਲੰਬਾ ਸਮਾਂ ਜੇਲ੍ਹ ਵਿੱਚ ਗੁਜ਼ਾਰਿਆ ਉਹ ਜਸਵਿੰਦਰ ਔਜਲਾ ਦੇ ਨਾਲ ਸਹਾਇਕ ਡਰਾਈਵਰ ਸੀ ਤੇ ਦੋਵੇਂ ਬ੍ਰੈਂਪਟਨ ਦੇ ਰਹਿਣ ਵਾਲੇ ਨੇ ਉਸ ਕੋਲੋਂ 37 ਕਿਲੋ ਕੋਕੇਨ ਬਰਾਮਦ ਹੋਈ ਇਸ ਕੇਸ ਵਿੱਚ ਰਿਆੜ ਨੂੰ 14 ਸਾਲ ਦੀ ਕੈਦ ਹੋਈ ਜਦਕਿ ਔਜਲਾ ਨੂੰ 16 ਸਾਲ ਇਸੇ ਤਰ੍ਹਾਂ ਇੱਕ ਹੋਰ ਪੰਜਾਬੀ ਮੂਲ ਦੇ ਕਰਮਜੀਤ ਸਿੰਘ ਗਰੇਵਾਲ ਤੇ ਮੁਕੱਦਮਾ ਚੱਲ ਰਿਹਾ ਹੈ ਉਸ ਦਾ ਟਰੱਕ 12 ਅਪ੍ਰੈਲ 2009 ਨੂੰ ਰੋਕਿਆ ਗਿਆ ਸੀ ਜਿਸ ਵਿੱਚੋਂ 82 ਕਿਲੋ ਦੀ ਕੋਕੇਨ ਬਰਾਮਦ ਹੋਈ ਸੀ ਜ਼ਿਕਰਯੋਗ ਹੈ ਕਿ ਨਸ਼ਿਆਂ ਦੀ ਇਸ ਸਮਗਲਿੰਗ ਵਿੱਚ ਲੱਗੇ ਪੰਜਾਬੀ ਮੂਲ ਦੇ ਲੋਕਾਂ ਦੇ ਕਾਰਨ ਸਾਰਾ ਭਾਈਚਾਰਾ ਬਦਨਾਮ ਹੋ ਰਿਹਾ ਹੈ
ਚਾਰ ਸਾਲਾਂ ਤੱਕ BC ਵਿੱਚ ਇੰਡੋ ਕੈਨੇਡੀਅਨ ਗੈਂਗ ਸਰਹੱਦ ਪਾਰਲੀ ਸਮਗਲਿੰਗ ਵਿੱਚ ਸ਼ਾਮਲ ਰਹੇ ਨੇ ਜੋ ਇਸ ਕੰਮ ਲਈ ਟਰੱਕ ਸਨਅਤ ਦਾ ਉਪਯੋਗ ਕਰਦੇ ਰਹੇ ਨੇ ਕ੍ਰਾਊਨ ਅਟਾਰਨੀ ਪੁਲਿਸ ਵਕੀਲ ਤੇ ਕਮਿਊਨਿਟੀ ਆਗੂਆਂ ਅਨੁਸਾਰ ਹੁਣ ਇਸ ਧੰਦੇ ਵਿੱਚ ਬ੍ਰੈਂਪਟਨ ਤੇ ਮਿਸਿਸਾਗਾ ਤੋਂ ਵੀ ਲੋਕ ਜੁੜਦੇ ਜਾ ਰਹੇ ਨੇ ਕੀ ਨੇ ਇਸ ਦੇ ਕਾਰਨ ਤੇ ਕਿਉਂ ਲੋਕ ਸਿਸਟਮ ਦਾ ਮਿਸਯੂਜ਼ ਕਰ ਰਹੇ ਨੇ ਇਸ ਸੰਬੰਧੀ ਅਸੀਂ ਗੱਲਬਾਤ ਕੀਤੀ ਰੋਡ ਟੂਡੇ ਦੇ ਐਡੀਟਰ ਮਨਨ ਗੁਪਤਾ ਨਾਲ ਜੋ ਆਪਣੀ ਟਰੱਕਿੰਗ ਮੈਗਜ਼ੀਨ ਰਾਹੀਂ ਇਸ ਸਨਅਤ ਨਾਲ ਜੁੜੇ ਲੋਕਾਂ ਦੇ ਕਾਫੀ ਨਜ਼ਦੀਕ ਵੀ ਨੇ ਬੀਤੇ ਕੁਝ ਇੱਕ ਸਾਲਾਂ ਦੇ ਵਿੱਚ ਇੰਡੋ ਕੈਨੇਡੀਅਨ ਟਰੱਕ ਡਰਾਈਵਰ ਸਪੈਸ਼ਲੀ ਪੰਜਾਬੀ ਕਮਿਊਨਿਟੀ ਨਾਲ ਸੰਬੰਧਿਤ ਟਰੱਕ ਡਰਾਈਵਰਾਂ ਦੇ ਉੱਤੇ ਲੱਗੇ ਡਰੱਗ ਦੀ ਢੋਆ ਢੁਆਈ ਦੇ ਦੋਸ਼ਾਂ ਨੇ ਸਾਰੀ ਕਮਿਊਨਿਟੀ ਨੂੰ ਨਿਰਾਸ਼ਾ ਚੱਲਣ ਵਾਸਤੇ ਮਜਬੂਰ ਕੀਤਾ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮਨਨ ਗੁਪਤਾ ਸਾਹਿਬ ਨੇ ਜਿਹੜੇ ਕਿ ਰੋਡ ਟੂਡੇ ਮੈਗਜ਼ੀਨ ਦੇ ਮੁੱਖ ਸੰਪਾਦਕ ਨੇ ਔਰ ਸੇਫ ਸਿਟੀ ਬ੍ਰੈਂਪਟਨ 2012 ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੋਏਗੀ ਮਨਨ ਗੁਪਤਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਵੈਰੀ ਮੱਚ ਤੇਜਵੀਰ ਜੀ ਗੁਪਤਾ ਸਾਹਿਬ ਤੁਹਾਡਾ ਕੀ ਮੰਨਣਾ ਕਿ ਇਸ ਵੇਲੇ ਟਰੱਕਿੰਗ ਇੰਡਸਟਰੀ ਇੰਨੀ ਘਾਟੇ 'ਚ ਜਾ ਰਹੀ ਹੈ ਕਿ ਉਹਦੇ ਕਰਕੇ ਲੋਕਾਂ ਨੂੰ ਕੋਈ ਸ਼ਾਰਟਕੱਟ ਅਪਣਾਉਣੇ ਪੈ ਰਹੇ ਨੇ ਜਾਂ ਡਰੱਗ ਢੋਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਜਾਂ ਫਿਰ ਕੁਝ ਇੱਕ ਲੋਕ ਨੇ ਜਿਨ੍ਹਾਂ ਨੇ ਜੋ ਲਾਲਚਵਾਸੀ ਇਸ ਪਾਸੇ ਆ ਰਹੇ ਨੇ ਜੀ ਤੇਜਵੀਰ ਜੀ ਦੇਖੋ ਰਿਸੈਸ਼ਨ ਤਾਂ ਡੈਫੀਨੇਟਲੀ ਰਹੀ ਹੈ ਇਕਨੋਮੀ ਦੇ ਵਿੱਚ ਕਾਫੀ ਸਲੋ ਡਾਊਨ ਰਿਹਾ ਲੇਕਿਨ ਉਹਦਾ ਮਤਲਬ ਆ ਨਹੀਂ ਹੈ ਕਿ ਲੋਕ ਡਰੱਗ ਟ੍ਰੈਫਿਕਿੰਗ ਵੱਲ ਹੋ ਜਾਣ ਜਾਂ ਸਮਗਲਿੰਗ ਵੱਲ ਹੋ ਜਾਣ ਸੋ ਮੈਂ ਸਮਝਦਾ ਕਿ ਇਹਦਾ ਡਰੱਗ ਸਮਗਲਿੰਗ ਦਾ ਰਿਸੈਸ਼ਨ ਨਾਲ ਅਸੀਂ ਡਾਇਰੈਕਟਲੀ ਲਿੰਕ ਨਹੀਂ ਕਰ ਸਕਦੇ ਲੋਕਾਂ ਦੇ ਵਿੱਚ ਕੁਛ ਕੰਸਰਨ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਇਹਦੇ ਵਿੱਚ ਇਨਵੋਲਵ ਨੇ ਉਹ ਗੋਰਖ ਧੰਦਾ ਕਾਲੇ ਧੰਦਾ ਕਰ ਰਹੇ ਨੇ ਜਿਹਦੇ ਨਾਲ ਕਮਿਊਨਿਟੀ ਦਾ ਇੰਡਸਟਰੀ ਦਾ ਔਰ ਸਾਰੇ ਸਮਾਜ ਦਾ ਅਕਸ ਖਰਾਬ ਹੋ ਰਿਹਾ ਗੁਪਤਾ ਸਾਹਿਬ ਤੁਸੀਂ ਹੁਣੇ ਦੱਸਿਆ ਕਿ ਕੁਝ ਇੱਕ ਲੋਕ ਨੇ ਜੋ ਲਾਲਚ ਵਾਸਤੇ ਇਸ ਪਾਸੇ ਆ ਜਾਂਦੇ ਨੇ ਪਰ ਵੇਖਿਆ ਗਿਆ ਕਿ ਜੇ ਕਿਤੇ ਇੱਕ ਕੰਪਨੀ ਫੜੀ ਵੀ ਜਾਂਦੀ ਹੈ ਇੱਕ ਕੰਪਨੀ ਢੋਆ ਢੋਆਈ ਕਰਦੀ ਫੜੀ ਜਾਂਦੀ ਹੈ ਉਹ ਕੰਪਨੀ ਦੁਬਾਰਾ ਕਿਸੇ ਹੋਰ ਕੰਪਨੀ ਦਾ ਨਾਂ ਰੱਖ ਕੇ ਨਾਂ ਬਦਲ ਕੇ ਵੀ ਫਿਰ ਇਸ ਕੰਮ ਨੂੰ ਦੁਬਾਰਾ ਸ਼ੁਰੂ ਕਰ ਦਿੰਦੀ ਹੈ ਇਹ ਸਾਡੇ ਸਿਸਟਮ ਦੇ ਵਿੱਚ ਥੋੜ੍ਹੀ ਜਿਹੀ ਫਲੈਕਸੀਬਿਲਟੀ ਹੈ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਜੀ ਦੇਖੋ ਸਿਸਟਮ ਨੂੰ ਮਿਸਯੂਜ਼ ਕਰਨ ਲਈ ਹੀ ਇਸ ਤਰ੍ਹਾਂ ਦੇ ਲੋਕ ਅੱਗੇ ਆਉਂਦੇ ਨੇ ਚਾਹੇ ਉਹ ਨਵੇਂ ਭਾਈਚਾਰੇ ਨੂੰ ਯੂਟੀਲਾਈਜ਼ ਕਰਨ ਉਹਨਾਂ ਨੂੰ ਅਬਿਊਜ਼ ਕਰਨ ਬਹੁਤ ਸਾਰੇ ਲੋਕ ਐਸੇ ਨੇ ਜਿਹੜਾ ਇਹਨਾਂ ਨੇ ਲਾਇਸੈਂਸ ਲਿੱਤਾ ਹੁੰਦਾ ਉਹਨਾਂ ਕੋਲ ਜੋਬਸ ਨਹੀਂ ਹੁੰਦੀਆਂ ਸੋ ਜਿਹੜੇ ਇਸ ਤਰ੍ਹਾਂ ਦੇ ਡਰੱਗ ਸਮਗਲਰਸ ਨੇ ਉਹਨਾਂ ਦੇ ਉੱਤੇ ਉਹ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਨੂੰ ਇੰਪਲੋਈ ਕੀਤਾ ਜਾਵੇ ਔਰ ਉਹਨਾਂ ਨੂੰ ਕ੍ਰੋਸ ਬਾਰਡਰ ਦੇ ਵਿੱਚ ਇਸ ਗਲਤ ਕੰਮ ਦੇ ਵਿੱਚ ਉਹ ਉਹਨਾਂ ਨੂੰ ਜੋਬਸ ਦਿੰਦੇ ਨੇ ਉਹਦੇ ਨਾਲ ਹੀ ਫਿਰ ਕੋਕੇਨ ਔਰ ਮੈਰੂਆਨਾ ਦਾ ਜਿਹੜੀ ਸਮਗਲਿੰਗ ਹੈ ਉਹ ਫਿਰ ਹੁੰਦੀ ਹੈ ਆਖਰ ਦੇ ਵਿੱਚ ਗੁਪਤਾ ਸਾਹਿਬ ਮੈਂ ਇਹ ਪੁੱਛਣਾ ਚਾਹੁੰਦਾ ਕਿ ਜੇ ਮੈਂ ਗਲਤ ਨਾ ਹੋਵਾਂ ਇਸ ਵੇਲੇ ਸਭ ਤੋਂ ਜ਼ਿਆਦਾ ਸਾਡੀ ਕਮਿਊਨਿਟੀ ਜੇ ਕਿਸੇ ਧੰਦੇ ਨਾਲ ਜੁੜੀ ਹੈ ਜੇ ਕਿਸੇ ਗਿੱਤੇ ਨਾਲ ਜੁੜੀ ਹੋਈ ਹੈ ਤਾਂ ਉਹ ਟਰੱਕਿੰਗ ਹੈ ਇਸ ਵੇਲੇ ਜੋ ਲੋਕ ਟਰੱਕਿੰਗ ਕਰ ਰਹੇ ਨੇ ਜੋ ਬਾਰਡਰ ਕ੍ਰੋਸ ਕਰਦੇ ਨੇ ਰੋਜ਼ ਜਾਂ ਫਿਰ ਹਫ਼ਤੇ ਬਾਅਦ ਜਾਂ 10 ਦਿਨਾਂ ਬਾਅਦ ਆਉਂਦੇ ਜਾਂਦੇ ਨੇ ਵੱਖ ਵੱਖ ਕੰਪਨੀਆਂ 'ਚ ਕੰਮ ਕਰਦੇ ਨੇ ਉਹਨਾਂ ਨੂੰ ਤੁਹਾਡੇ ਕੀ ਸੁਜੈਸ਼ਨ ਹੋ ਸਕਦਾ ਜੀ ਤੇਜਵੀ ਜੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸਾਰੇ ਭਾਈਚਾਰੇ ਨੂੰ ਕਿ ਇਸ ਇੰਡਸਟਰੀ ਨੂੰ ਇਸ ਪ੍ਰੋਫੈਸ਼ਨ ਨੂੰ ਪ੍ਰੋਫੈਸ਼ਨਲ ਤੌਰ ਦੇ ਨਾਲ ਉਹ ਯੂਜ਼ ਕਰਨ ਓਵਰਨਾਈਟ ਅਸੀਂ ਅਮੀਰ ਬਣਨਾ ਚਾਹੁੰਦੇ ਹਾਂ ਹਰ ਚੀਜ਼ ਦਾ ਸ਼ਾਰਟਕੱਟ ਲੱਭਦੇ ਹਾਂ ਪਹਿਲਾਂ ਭਾਰਤ ਤੋਂ ਕੈਨੇਡਾ ਆਉਣ ਦੇ ਲਈ ਸ਼ਾਰਟਕੱਟ ਫਿਰ ਇੱਥੇ ਆ ਕੇ ਵੀ ਯੂਨੋ ਜਿਹੜੀ ਡਾਲਰਾਂ ਦੀ ਦੌੜ ਹੈ ਉਹਦੇ 'ਚੋਂ ਅਸੀਂ ਲੱਗੇ ਰਹਿੰਦੇ ਹਾਂ ਲੇਕਿਨ ਟਰੱਕਿੰਗ ਇੱਕ ਐਸਾ ਪ੍ਰੋਫੈਸ਼ਨ ਹੈ ਜਿਹੜਾ ਕ੍ਰੋਸ ਬਾਰਡਰ ਦੇ ਵਿੱਚ ਕਾਫੀ ਜ਼ਿਆਦਾ ਯੂਜ਼ ਹੁੰਦਾ ਹੈ ਤੁਸੀਂ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰੋ ਔਰ ਜੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਇੰਪਲੋਇਰ ਲੱਗਦਾ ਜਿਹੜੇ ਤੁਹਾਡੇ ਕੋਲ ਗਲਤ ਕੰਮ ਕਰਵਾਉਂਦਾ ਉਹਦੀ ਸੂਚਨਾ ਰਾਈਟ ਅਵੇ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਦੇਣੀ ਬਹੁਤ ਜ਼ਰੂਰੀ ਹੈ ਤਾਂ ਕਿ ਮੇਰਾ ਮੰਨਣਾ ਹੈ ਕਿ ਜਿਹੜੇ ਵੀ ਡਰੱਗਸ ਆਉਂਦੇ ਨੇ ਅਮਰੀਕਾ ਤੋਂ ਕੈਨੇਡਾ ਅਲਟੀਮੇਟਲੀ ਉਹ ਸਾਡੇ ਸਮਾਜ ਦੇ ਵਿੱਚ ਆ ਰਹੇ ਨੇ ਅੱਗੇ ਸਰ ਅਸੀਂ ਆਪਣੀ ਆਉਣ ਵਾਲੀਆਂ ਜਨਰੇਸ਼ਨਸ ਨੂੰ ਖਰਾਬ ਕਰ ਰਹੇ ਹਾਂ ਸੋ ਪਲੀਜ਼ ਇਹਨਾਂ ਚੀਜ਼ਾਂ ਤੋਂ ਯੂਨੋ ਗੁਰੇਜ ਕਰਨ ਤਾਂ ਕਿ ਕਮਿਊਨਿਟੀ ਦਾ ਅਕਸ ਔਰ ਟਰੱਕਿੰਗ ਇੰਡਸਟਰੀ ਦਾ ਜਿਹੜਾ ਅਕਸ ਹੈ ਉਹ ਸੁਧਾਰਿਆ ਜਾ ਸਕੇ ਸਾਰਾ ਦਿਨ ਟਰੱਕ ਚਲਾਉਣਾ ਜਾਂ ਹਫ਼ਤੇ ਮਹੀਨੇ ਦੇ ਟੂਰ ਕੱਢਣਾ ਸੌਖਾ ਨਹੀਂ ਪਰ ਫਿਰ ਵੀ ਕਿਉਂ ਹੈ ਇਸ ਤਰ੍ਹਾਂ ਕਿ ਵੱਧ ਤੋਂ ਵੱਧ ਪੰਜਾਬੀ ਇਸ ਇੰਡਸਟਰੀ ਨਾਲ ਜੁੜਦੇ ਜਾ ਰਹੇ ਨੇ ਇਹ ਜਾਣਨ ਲਈ ਅਸੀਂ ਗੱਲਬਾਤ ਕੀਤੀ ਕਾਫੀ ਸਮੇਂ ਤੋਂ ਟਰੱਕਿੰਗ ਕੰਪਨੀ ਚਲਾ ਰਹੇ ਨਛੱਤਰ ਚੌਹਾਨ ਨਾਲ ਜਿਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਕੰਪਨੀ ਨੂੰ ਜੁਆਇਨ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਨਾਲ ਇਸ ਵੇਲੇ ਨਛੱਤਰ ਸਿੰਘ ਚੌਹਾਨ ਨੇ ਜਿਹੜੇ ਇੰਡੀਅਨ ਟਰੱਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਨੇ ਔਰ ਚੌਹਾਨ ਟਰਾਂਸਪੋਰਟ ਨਾਂ ਦੀ ਕੰਪਨੀ ਵੀ ਇੱਥੇ ਚਲਾ ਰਹੇ ਨੇ ਚੌਹਾਨ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਕੀ ਮੰਨਦੇ ਹੋ ਪੰਜਾਬੀ ਇਸ ਖਿੱਤੇ ਨੂੰ ਬਹੁਤ ਨੇੜਿਓਂ ਜਾਣਦੇ ਨੇ ਔਰ ਬਹੁਤ ਜ਼ਿਆਦਾ ਪੰਜਾਬੀ ਦੀ ਚੁਆਇਸ ਹੁੰਦੀ ਹੈ ਕਿ ਥੋੜ੍ਹੇ ਬਹੁਤੇ ਹੋਰ ਪਹਿਲਾਂ ਔਰ ਜੋਬਸ ਕਰਕੇ ਫਿਰ ਟਰੱਕਿੰਗ 'ਚ ਆਉਂਦੇ ਨੇ ਕੀ ਕਾਰਨ ਹੈ ਜਿਹਨਾਂ ਦਾ ਟਰੱਕਿੰਗ 'ਚ ਆਉਣ ਦਾ ਇਹਦੇ ਵਿੱਚ ਇਹ ਵੱਡਾ ਕਾਰਨ ਇਹ ਹੈਗਾ ਵੀ ਜਿਹੜੇ ਸਾਡੇ ਪੰਜਾਬੀ ਲੋਕ ਆ ਇਹ ਮਿਹਨਤ ਤੋਂ ਕਰਨ ਤੋਂ ਡਰਦੇ ਨੇ ਕਦੇ ਵੀ ਅਤੇ ਦੂਜਾ ਹੈਗਾ ਇਹਨਾਂ ਦਾ ਜਿਹੜਾ ਖੁੱਲ੍ਹਾ ਸੁਭਾਅ ਆ ਉਹਦੇ ਮੁਤਾਬਕ ਇਹ ਕਿਸੇ ਦੇ ਅੰਡਰ ਕੰਮ ਕਰਨਾ ਨਹੀਂ ਚਾਹੁੰਦੇ ਜਦ ਕਿ ਟਰੱਕਿੰਗ ਇੰਡਸਟਰੀ ਜਿਹੜੀ ਆ ਉਹ ਇੰਨੀ ਆਸਾਨ ਤਾਂ ਨਹੀਂ ਹੈਗੀ ਕਿਉਂਕਿ ਜੇ ਬੜੇ ਲੰਬੇ ਘੰਟੇ ਲਾਉਣੇ ਪੈਂਦੇ ਰਾਤ ਨੂੰ ਵੀ ਕੰਮ ਕਰਨਾ ਪੈਂਦਾ ਪਰ ਇਹਦੇ ਵਿੱਚ ਇੱਕ ਆਜ਼ਾਦੀ ਹੈਗੀ ਆ ਵੀ ਬੰਦਾ ਜਿਹੜਾ ਆਪਣੀ ਮਰਜ਼ੀ ਦੇ ਨਾਲ ਕੁਛ ਕੰਮ ਕਰ ਸਕਦਾ ਹੈਗਾ ਅਤੇ ਦੂਜਾ ਹਰ ਇੱਕ ਬੰਦੇ ਜਿਹੜੇ ਬਈ ਉਹਨੂੰ ਜਿੱਦਾਂ ਫੈਕਟਰੀਆਂ ਵਿੱਚ ਹੈ ਵੀ ਬੰਦਾ ਟੋਕਾ ਟਾਕੀ ਤੋਂ ਬਚਿਆ ਰਹਿੰਦਾ ਉਹ ਇਸ ਕਰਕੇ ਤੀਜਾ ਚੌਥਾ ਕਾਰਨ ਇਹ ਵੀ ਹੈ ਵੀ ਇਹਦੇ ਵਿੱਚ ਕੁਛ ਪੈਸੇ ਵੀ ਦੂਜੇ ਨਾਲੋਂ ਕਾਫੀ ਠੀਕ ਬਣ ਜਾਂਦੇ ਆ ਜਿਹਦੇ ਨਾਲ ਸਾਡਾ ਜਿਹੜਾ ਲਿਵਿੰਗ ਆ ਸਾਡੀ ਜਨਰੇਸ਼ਨ ਜਿਹੜੀ ਉਹਨਾਂ ਨੂੰ ਪੈਸੇ ਚਾਹੀਦੇ ਹੁੰਦੇ ਆ ਆਪਣੇ ਪੜ੍ਹਾਉਣ ਦੇ ਲਈ
ਉਹ ਜਿਹੜੇ ਨਵੇਂ ਲੋਕ ਆਉਂਦੇ ਹੈਗੇ ਆ ਜਾਂ ਨਵੇਂ ਬੰਦੇ ਇਸ ਚੀਜ਼ ਕਿੱਤੇ ਨੂੰ ਬਣਾਉਂਦੇ ਆ, ਉਹਨਾਂ ਦੇ ਮਨ ਵਿੱਚ ਇਹ ਹੋ ਜਾਂਦਾ ਵੀ ਇਹਨੇ ਇਹ ਕੁਛ ਬਣਾ ਲਿਆ ਅਤੇ ਮੈਂ ਤਾਂ ਬਹੁਤ ਪਿੱਛੇ ਅੱਜ ਤੱਕ, ਅਤੇ ਮੈਂ ਕਦੋਂ ਰਲਣਾ ਇਸ ਗੱਲ ਦੇ ਨਾਲ। ਉਹਨਾਂ ਦੇ ਮਨ ਵਿੱਚ ਸਿਰਫ ਇਹੀ ਹੁੰਦਾ ਵੀ ਇਹਨੇ ਜੋ ਇਹ ਬਣਿਆ ਮੇਰੇ ਕੋਲ ਇਹ ਤੋਂ ਘੱਟ ਨਹੀਂ ਚਾਹੀਦਾ। ਤਾਂ ਉਹ ਸ਼ੋਰਟਕੱਟ ਦੇ ਵਿੱਚ ਆ ਕੇ ਬੰਦੇ ਜਿਹੜੇ ਆ ਉਹ ਇਹੋ ਜਿਹੇ ਕੰਮ ਦੇ ਵਿੱਚ ਫਿਰ ਅੱਗੇ ਆ ਜਾਂਦੇ ਆ, ਅਤੇ ਇਹੀ ਕਾਰਨ ਹੈਗਾ। ਹੋਰ ਜਿਹੜੀ ਸਾਡੇ ਗਰੀਡ ਜਿਹੜਾ ਲਾਲਚ ਹੈਗਾ, ਅਤੇ ਉਹ ਇਹਨਾਂ ਗੱਲਾਂ ਦਾ ਇੱਕ ਮੇਨ ਜੜ ਹੈਗੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਹੁਤ ਥੋੜ੍ਹੇ ਬੰਦੇ ਨੇ ਜਿਹੜੇ ਇਸ ਪਾਸੇ ਨੂੰ ਤੁਰ ਪੈਂਦੇ ਆ ਲਾਲਚ ਵੱਸ, ਪਰ ਕੁਝ ਕੁ ਲੋਕ ਇਹੋ ਜਿਹੇ ਵੀ ਨੇ ਜੀ ਜਿਹੜੇ ਜਿਹੜੇ ਡਰਾਈਵਰ ਨੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਸਾਡੇ ਟ੍ਰੇਲਰ 'ਚ ਕੀ ਹੈ ਔਰ ਕਿਸੇ ਹੋਰ ਦੀ ਗਲਤੀ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜੀ? ਉਹ ਕਿਸ ਤਰ੍ਹਾਂ ਇਸ ਤੋਂ ਬਚ ਸਕਦੇ ਨੇ? ਕਈ ਵਾਰੀ ਇਹੋ ਜਿਹੇ ਕੇਸ ਵੀ ਸਾਹਮਣੇ ਆਉਂਦੇ ਨੇ ਕਿ ਟ੍ਰੇਲਰ ਦੇ ਵਿੱਚ ਕੀ ਪਿਆ, ਉਹਦੇ ਪਿੱਛੇ ਸੀ ਲੱਗੀ ਜਾਂ ਨਹੀਂ ਲੱਗੀ, ਜਾਂ ਡਰਾਈਵਰ ਸਿਰਫ ਇਹੀ ਮੰਨ ਕੇ ਲੈ ਕੇ ਜਾ ਰਿਹਾ ਕਿ ਮੈਂ ਲੋਡ ਲੈ ਕੇ ਜਾ ਰਿਹਾ ਪਰ ਢੋਈ ਉਹਦੇ ਡਰੱਗ ਜਾ ਰਹੀ ਹੈ, ਉਹਦੇ ਬਾਰੇ ਤੁਹਾਡਾ ਨਵੇਂ ਡਰਾਈਵਰਾਂ ਨੂੰ ਕੀ ਕਹਿਣਾ ਜੀ? ਮੈਂ ਇਹੀ ਕਹਾਂਗਾ ਇਹਦੇ ਬਾਰੇ 'ਚ ਵੀ ਜਿੱਥੇ ਡਰਾਈਵਰ ਲੋਡ ਕੋ ਚੁੱਕਦੇ ਹੈਗੇ ਆ ਉਹਦੇ ਵਿੱਚ ਤਕਰੀਬਨ ਜਿਹੜੇ ਕੰਪਨੀਆਂ ਹੈਗੀਆਂ ਉਹਦੇ ਵਿੱਚ ਸੀਲ ਲਾਉਂਦੀਆਂ ਹੈਗੀਆਂ, ਅਤੇ ਉਹਨਾਂ ਨੂੰ ਲੋਡ ਲੈ ਕੇ ਜਿਹੜੇ ਲੋਡ ਲੈ ਕੇ ਉਹ ਆਪਣਾ ਉਹਦਾ ਪਿੱਛੇ ਡੋਰ ਬੰਦ ਕਰਦੇ ਆ, ਉਸ ਵੇਲੇ ਉਹਨੂੰ ਸੀਲ ਲਵਾ ਲੈਣੀ ਚਾਹੀਦੀ ਆ, ਜਿਹਦੇ ਨਾਲ ਉਹਦੇ ਫਿਰ ਉਹ ਸ਼ਿਪਰ ਦੇ ਵੀ ਸਾਈਨ ਨਾਲ ਹੋ ਜਾਂਦੇ ਆ। ਅਤੇ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਆ ਕਿ ਸਾਰੇ ਡਰਾਈਵਰ ਵੀ ਜਿਹੜੇ ਗਲਤ ਕੰਮ ਨਹੀਂ ਕਰਦੇ, ਇਹਦੇ 'ਚ ਕੁਛ ਕੰਪਨੀਆਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਨੇ ਇਹੋ ਜਿਹੇ ਉਹਨਾਂ ਦੇ ਮਿਲੀ ਭੁਗਤ ਦੇ ਨਾਲ ਇਹੋ ਜਿਹਾ ਕੰਮ ਕਰਦੇ ਆ, ਲੇਕਿਨ ਡਰਾਈਵਰਾਂ ਨੂੰ ਉਸ ਵਿੱਚ ਸੁਚੇਤ ਹੋਣ ਦੀ ਲੋੜ ਹੈ। ਉਹ ਜਿਸ ਵੇਲੇ ਦਰਵਾਜ਼ਾ ਬੰਦ ਕਰਦੇ ਸ਼ਿਪਰ ਦੇ ਸਾਈਨ ਹੋਣੇ ਚਾਹੀਦੇ ਆ, ਅਤੇ ਫਿਰ ਉਹ ਜਿਹੜੀ ਸ਼ਿਪਿੰਗ ਕੰਪਨੀ ਹੈਗੀ ਆ ਜਾਂ ਕੰਪਨੀ ਟਰਾਂਸਪੋਰਟੇਸ਼ਨ ਕੰਪਨੀ ਆ ਤਕਰੀਬਨ ਫਿਰ ਉਹ ਹੀ ਜ਼ਿੰਮੇਵਾਰ ਹੋਏਗੀ। ਆਓ ਹੁਣ ਜਾਣਦੇ ਹਾਂ ਉਹਨਾਂ ਲੋਕਾਂ ਦਾ ਜਾਂ ਉਹਨਾਂ ਡਰਾਈਵਰਾਂ ਦਾ ਪੱਖ ਜੋ ਇਸ ਇੰਡਸਟਰੀ ਨਾਲ ਜੁੜੇ ਨੇ ਪਰ ਥੋੜ੍ਹੇ ਜਿਹੇ ਲੋਕਾਂ ਦੇ ਇਸ ਧੰਦੇ ਵਿੱਚ ਪੈਣ ਕਾਰਨ ਉਹਨਾਂ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇ ਕੋਈ ਬੰਦਾ ਇੱਕ ਚੋਰ ਆ ਅਤੇ ਫਿਰ ਉਹ ਇੱਕ ਜੇ ਫੜਿਆ ਜਾਵੇ ਤਾਂ ਉਹਨਾਂ ਨੂੰ ਸਾਰੇ ਅਸੀਂ ਚੋਰ ਦੱਸਦੇ ਹਾਂ, ਇਸ ਕਰਕੇ ਵੀ ਟਰਬਲ ਤਾਂ ਆਉਂਦੀ ਆ। ਪਰ ਲੋ ਜਿਹੜੇ ਟ੍ਰੇਲਰ ਆ ਟ੍ਰੇਲਰ ਕੋਈ ਚੈੱਕ ਕਰਕੇ ਨਹੀਂ ਇੱਥੋਂ ਕੋਈ ਵੀ ਤੁਰਦਾ ਵੀ ਟ੍ਰੇਲਰ ਦੇ ਵਿੱਚ ਕੀ ਹੈ। ਅਤੇ ਬਾਕੀ ਸਾਡੇ ਜਿਹੜਾ ਬਾਰਡਰ 'ਤੇ ਜਦੋਂ ਸਾਨੂੰ ਐਕਸਰੇ ਲਈ ਕੱਢ ਲੈਂਦੇ ਆ ਜਾਂ ਉਹਨੂੰ ਕਿਸੇ ਕਿਸਮ ਦੀ ਸਾਡੇ 'ਤੇ ਸ਼ੱਕ ਹੁੰਦੀ ਆ ਅਤੇ ਉੱਥੇ ਫਿਰ ਸਾਡੀ ਮਤਲਬ 2-4 ਘੰਟੇ ਟਾਈਮ ਬਰਬਾਦ ਹੁੰਦਾ, ਨਾਲੇ ਕੰਪਨੀ ਨੂੰ ਪੈਸੇ ਪੈਂਦੇ ਜੇ ਉਹ ਟ੍ਰੇਲਰ ਅਨਲੋਡ ਕਰਕੇ ਚੈੱਕ ਕਰਦੇ ਆ, ਤਾਂ ਸਾਨੂੰ ਉਹਦੀ ਨਾ ਖੱਜਲ ਖੁਆਰੀ ਬਹੁਤ ਝੱਲਣੀ ਪੈਂਦੀ ਆ। ਗਾਂਹ ਜੇ ਲੋਡ ਲੇਟ ਹੋ ਜਾਂਦਾ ਤਾਂ ਗਾਂਹ ਗਿਆਂ ਤੋਂ ਫਿਰ ਲੋਡ ਨਹੀਂ ਉਹ ਲਹਾਉਂਦੇ, ਫਿਰ ਸਾਨੂੰ 1-2 ਦਿਨ ਉੱਥੇ ਖੜ੍ਹਨਾ ਪੈਂਦਾ, ਉਹ ਸਾਨੂੰ ਉਦੋਂ ਵੀ ਖੱਜਲ ਖੁਆਰੀ 'ਚ ਵੜ ਜਾਣਾ, ਟਾਈਮ ਸਾਡਾ ਉੱਥੇ ਫਿਰ ਬਰਬਾਦ ਹੁੰਦਾ। ਮੇਰੇ ਹਿਸਾਬ ਨਾਲ ਵੀ ਜੇ ਕੋਈ ਬੰਦੇ ਇੱਦਾਂ ਦਾ ਕੰਮ ਕਰਦੇ ਵੀ ਆ ਤਾਂ ਉਹ ਸਾਰਿਆਂ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਵੀ ਜੇ ਅਸੀਂ ਪੰਜਾਬੀ ਕਮਿਊਨਿਟੀ 'ਚ ਕੋਈ ਬੰਦਾ ਇਹੋ ਜਿਹਾ ਕੰਮ ਕਰਦਾ ਆ ਤਾਂ ਸਾਰੇ ਪੰਜਾਬੀ ਇਹੋ ਜਿਹੇ ਕੰਮ ਕਰਦੇ ਆ। ਤਾਂ ਮੇਰੇ ਹਿਸਾਬ ਨਾਲ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਬਹੁਤ ਹਾਰਡ ਇਮਾਨਦਾਰੀ ਨਾਲ ਕੰਮ ਕਰਦੇ ਆ ਅਤੇ ਇਮਾਨਦਾਰੀ ਨਾਲ ਆਪਣਾ ਕਿੱਤਾ ਨਿਭਾ ਰਹੇ ਆ। ਅਸੀਂ ਤਾਂ ਵੀ ਸੀਲ ਚੈੱਕ ਕਰਦੇ ਹਾਂ ਟ੍ਰੇਲਰ ਦੀ ਅਤੇ ਟ੍ਰੇਲਰ ਪ੍ਰੋਪਰ ਸੀਲ ਆ ਅਤੇ ਵੀ ਆਮ ਸਾਊਂਡ ਦੇ ਵਿੱਚ ਆਇਆ ਵੀ ਕਈ ਬੰਦਿਆਂ ਨੂੰ ਪ੍ਰੋਬਲਮ ਆਉਂਦੀ ਆ ਉੱਥੇ ਬਾਰਡਰ 'ਤੇ। ਇੱਕ ਤਾਂ ਆਪਣੇ ਬੰਦਿਆਂ ਨੂੰ ਥੋੜ੍ਹੀ ਲੈਂਗੁਏਜ ਦੀ ਪ੍ਰੋਬਲਮ ਆ, ਬੋਲ ਕੇ ਪ੍ਰੋਪਰ ਦੱਸਣਾ ਨਹੀਂ ਆਉਂਦਾ, ਅਤੇ ਜੇ ਕੁਛ ਵਿੱਚ ਹੈਗਾ ਉਹਦੇ ਵਿੱਚ ਡਰਾਈਵਰ ਦਾ ਕੋਈ ਕਸੂਰ ਨਹੀਂ ਗਾ ਵੀ ਡਰਾਈਵਰ ਦਾ ਪ੍ਰੋਪਰ ਸੀਲ ਚੈੱਕ ਕਰਕੇ ਸ਼ਿਪਰ ਲੋਡ ਕਰਦਾ, ਸ਼ਿਪਰ ਲੋਡ ਕਰਕੇ ਸੀਲ ਲਾਉਂਦਾ ਅਤੇ ਡਰਾਈਵਰ ਇੱਥੋਂ ਸੀਲ ਚੈੱਕ ਕਰਕੇ ਤੁਰਦਾ। ਪਰ ਮੈਂ ਹੁਣ ਪਿਛਲੇ 6 ਸਾਲ ਤੋਂ ਟਰੱਕ ਚਲਾਉਣਾ ਵੀ ਮੈਨੂੰ ਤਾਂ ਇੱਦਾਂ ਦੀ ਕਿਤੇ ਕੋਈ ਪ੍ਰੋਬਲਮ ਨਹੀਂ ਆਈ, ਪਰ ਸੁਣਨ ਦੇ ਵਿੱਚ ਇੱਦਾਂ ਗੱਲ ਆਈ ਹੈ। ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਨੇ ਇਹਨਾਂ ਪੰਜਾਬੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਹੈ ਅਤੇ ਨਾਲ ਹੀ ਇਹਨਾਂ ਨਾਲ ਜੁੜੇ ਇਹਨਾਂ ਦੇ ਪਰਿਵਾਰਾਂ ਨੂੰ ਵੀ ਰੋਲ ਦਿੱਤਾ ਹੈ। ਆਪਣੀ ਇਸ ਸਪੈਸ਼ਲ ਰਿਪੋਰਟ ਰਾਹੀਂ ਅਸੀਂ ਕੋਸ਼ਿਸ਼ ਕੀਤੀ ਇਹਨਾਂ ਨੂੰ ਜਾਗਰੂਕ ਕਰਨ ਦੀ। ਉਮੀਦ ਕਰਦੇ ਹਾਂ ਕਿ ਸਾਡੀ ਇਹ ਕੋਸ਼ਿਸ਼ ਕਾਮਯਾਬ ਹੋਏਗੀ। ਸੋ ਐਸੀ ਅੱਜ ਦੀ ਸਪੈਸ਼ਲ ਰਿਪੋਰਟ, ਫਿਲਹਾਲ ਸਾਨੂੰ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਸਪੈਸ਼ਲ ਰਿਪੋਰਟ ਦੇ ਨਾਲ।